ਦੋਸਤੋ ਇਹ ਗਜ਼ਲ ਮੈਂ ਲਾਹੌਰ ਜਾ ਕੇ ਇੱਕ ਵਾਰ ਉਦੋਂ ਲਿਖੀ ਸੀ ਜਦੋਂ ਨਨਕਾਣਾ ਸਾਹਿਬ ਜਾਣ ਦੀ ਪ੍ਰਵਾਨਗੀ ਨਾ ਮਿਲੀ। ਸੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ, ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ, ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਤਾਂ ਗਲਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ, ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਭਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ, ਇੱਕੋ ਫਾਂਸੀ ਇੱਕੋ ਗੋਲੀ ਰਹਿਮਤ ਅਲੀ ਸਰਾਭਾ ਬਿਸਮਿਲ ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ ਹੈ, ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ, ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਉਹੀ, ਮਿਕਨਾ ਤੀਸੀ ਖਿੱਚ ਦੀ ਸ਼ਕਤੀ ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ, ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾਂ ਕਸੂਰੋਂ ਪੀ ਨਹੀਂ ਸਕਦਾ, ਹਰ ਵਾਰੀ ਹੋਠਾਂ 'ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ, ਵਾਰਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਹੀਰ ਸੁਣਾਉਂਦੇ, ਰਾਂਝਣ ਯਾਰ ਫਕੀਰਾਂ ਨੂੰ ਇਹ ਪਿਰ ਮਿਲਣੇ ਦੀ ਆਸ ਕਿਉਂ ਹੈ, ਸਾਡੇ ਪੰਜ ਦਰਿਆਈ ਘੋੜੇ ਜਦ ਵੀ ਵੇਖਣ ਟਾਂਗੇ ਖਿੱਚਦੇ, ਘੋੜ ਸਵਾਰ ਗੁਆਚਣ ਵਰਗਾ ਡੰਗ ਰਿਹਾ ਅਹਿਸਾਸ ਕਿਉਂ ਹੈ, ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾਇਆ, ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਅਨਾਇਤਾਂ ਪਾਇਆ, ਪੌਣੀ ਸਦੀ ਗੁਆਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ, ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ, ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ, ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ ਤਾਗਲ ਵੱਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਧੰਨਵਾਦ, ਸ਼ੁਕਰੀਆ। ਤੁਹਾਡਾ ਆਪਣਾ ਗੁਰਭਜਨ ਗਿੱਲ।